ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਇੱਕ ਅਧਿਆਪਕ ਦੀ ਬਦਲੀ ਕਰ ਦਿੱਤੀ ਗਈ। ਦਰਅਸਲ ਪਿੰਡ ਬੋਲਰ ਕਲਾ ਸਕੂਲ ਦੇ ਵਿੱਚ ਇੱਕ ਅਧਿਆਪਕ ਦੀ ਬਦਲੀ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਡੀਓ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਗਿਆ ਤੇ ਜਾਮ ਕੇ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀਆਂ ਨਾਲ ਇਸ ਮੌਕੇ ਉਹਨਾਂ ਦੇ ਮਾਪੇ ਵੀ ਮੌਜੂਦ ਸਨ। ਵਿਦਿਆਰਥੀਆਂ ਵੱਲੋਂ ਭੁਪਿੰਦਰ ਸਰ ਨੂੰ ਵਾਪਸ ਲੈ ਕੇ ਆਓ ਇਹ ਨਾਅਰੇਬਾਜ਼ੀ ਲਗਾਤਾਰ ਕੀਤੀ ਜਾ ਰਹੀ ਸੀ। ਦੱਸਣਯੋਗ ਹੈ ਕਿ ਬੱਚਿਆਂ ਦੇ ਵੱਲੋਂ ਇਸ ਦੇ ਸਿੱਧੇ ਦੋਸ਼ ਕਾਂਗਰਸੀ ਸਰਪੰਚ ਦੇ ਉੱਤੇ ਲਗਾਏ ਜਾ ਰਹੇ ਨੇ। ਮੇਰਾ ਨਾਮ ਸੁਖਵਿੰਦਰ ਕੌਰ ਆ ਜੀ। ਸਰ, ਮੇਰੀਆਂ ਚਾਰ ਬੇਟੀਆਂ ਨੇ, ਚਾਰੇ ਸਰਕਾਰੀ ਸਕੂਲ 'ਚ ਪੜ੍ਹਦੀਆਂ ਨੇ ਜੀ। ਸਰਕਾਰੀ ਸਕੂਲ 'ਚ ਪੜ੍ਹਦੇ ਨੇ ਸਰ ਜੀ। ਮਾਸਟਰ ਬਹੁਤ ਵਧੀਆ ਤੇ ਜਿਹੜੇ ਪੜ੍ਹਾਉਂਦੇ ਤੇ ਜੀ, ਸਰਪੰਚ ਨੇ ਉਹਨਾਂ ਦੀ ਬਦਲੀ ਕਰਾਤੀ ਜੀ। ਸਰਪੰਚ ਕਹਿੰਦਾ ਵੀ ਸਰਪੰਚ ਦੀ ਉਹਦੇ ਨਾਲ ਲਾਗ ਟਾਟਾ ਜੀ, ਕਹਿੰਦਾ ਮੇਰੀ ਬਣਦੀ ਨਹੀਂ ਜੀ, ਇਹਦੇ ਕਰਕੇ ਮੈਨੇ ਕੱਢਿਆ। ਸਰ ਕੱਲ੍ਹ ਦਾ ਕਹਿ ਰਿਹਾ ਜੀ, ਉਹ ਮੁੜ ਕਹਿੰਦਾ ਕਿ ਮੈਂ ਕੱਢਿਆ, ਜੋ ਕੁਛ ਉਤੋਂ ਬਣਦਾ ਉਹ ਕਰ ਲਓ ਜੀ। ਹਾਂਜੀ, ਨਾਲੇ ਗਾਲਾਂ ਕੱਢੀਆਂ, ਬੱਚਿਆਂ ਨੂੰ ਵੀ ਕੱਢੀਆਂ ਜੀ। ਹੁਣ 2 ਦਿਨ ਹੋ ਗਏ ਧਰਨਾ ਲਾਇਆ ਸਾਨੇ, ਸਾਡੀ ਉੱਥੇ ਕੋਈ ਸੁਣਵਾਈ ਨਹੀਂ ਸੁਣੀ ਜੀ, ਕਿਸੇ ਨੇ ਵੀ ਸੁਣੀ ਨਹੀਂ ਜੀ ਸਾਡੀ ਉੱਥੇ। ਤੇ ਹੁਣ ਬੱਚੇ ਉਰੇ ਵੀ ਆ ਗਏ ਬੱਚੇ? ਹਾਂਜੀ, 2-3 ਪਿੰਡਾਂ ਦੇ ਬੱਚੇ ਨੇ ਜੀ, ਬੋਲੀ ਦੇ ਨੇ ਜੀ, ਰਾਠੀਆਂ ਦੇ ਨੇ, ਕੁਛ ਬੋਲੜ ਦੇ ਨੇ ਜੀ। 3-4 ਪਿੰਡਾਂ ਦੇ ਬੱਚੇ ਨੇ ਜੀ ਸਾਡੀ, ਕੋਈ ਨਹੀਂ ਸੁਣਦਾ ਜੀ। ਅਸੀਂ ਉਰੇ ਬਹੁਤ ਆਸ ਲੈ ਕੇ ਆਏ ਹਾਂ ਕਿ ਸਾਡੀ ਉਰੇ ਸੁਣੇ, ਕੋਈ ਸਾਡੀ ਸੁਣਵਾਈ ਕਰੇ। ਹੈਰੀਮਾਨ ਦਾ ਨਾਮ ਵੀ ਆ ਰਿਹਾ, ਕਹਿੰਦੇ ਕੋਈ ਲੀਡਰ ਆਏ ਸੀਗੇ ਉੱਥੇ? ਹਾਂਜੀ ਸਰ, ਹੈਰੀਮਾਨ ਸਾਹਿਬ ਆਏ ਤੇ ਜੀ। ਉਦੋਂ ਬਾਅਦ ਕੀ ਹੋਇਆ? ਹੈਰੀਮਾਨ ਸਾਹਿਬ ਸਰ ਪਾਈਪਲਾਈਨ ਦਾ ਤੁਹਾਨੂੰ ਦੱਸਿਆ, ਇਹਦਾ ਉਦਘਾਟਨ ਕਰਨ ਆਏ ਸੀਗੇ ਜੀ। ਉਦਘਾਟਨ ਤੋਂ ਬਾਅਦ ਸਰ ਉਹ ਸਕੂਲ 'ਚ ਹੀ ਬੁਲਾਏ ਗਏ ਤੇ ਸਕੂਲ ਦਾ ਕੰਮ ਵੀ ਚੱਲ ਰਿਹਾ ਨਾ, ਇਹਦੇ ਕਾਰਨ ਉਹ ਸਕੂਲ 'ਚ ਹੀ ਬੁਲਾਏ ਗਏ। ਉੱਥੇ ਸਿਰਫ 5-10 ਬੰਦੇ ਸੀਗੇ, ਵਿੱਚ ਬੱਚਿਆਂ ਨੂੰ ਵੀ ਪਤਾ, ਬੱਚੇ 10ਵੀਂ ਦੇ ਬੱਚੇ, ਕੁਰਸੀਆਂ ਵਿਹਲੀਆਂ ਸੀ, ਬੱਚੇ ਬਿਠਾਏ ਜੀ ਸਰਪੰਚ ਨੇ ਕੁਰਸੀਆਂ 'ਤੇ, ਜਾਂ ਕੋਈ ਬੰਦਾ ਨਹੀਂ ਪਹੁੰਚਿਆ ਉੱਥੇ। ਇਹਦੇ ਕਾਰਨ ਕਹਿੰਦੇ ਵੀ ਭੁਪਿੰਦਰ ਸਰ ਸਵਾਗਤ ਕਰਨ ਹੈਰੀਮਾਨ ਸਾਹਿਬ ਦਾ। ਭੁਪਿੰਦਰ ਸਰ ਉਸ ਦਿਨ ਲੇਟ ਆਏ ਨੇ ਜੀ, ਲੇਟ ਪਹੁੰਚੇ, ਉਹਨਾਂ ਨੂੰ ਜਾਂ ਨਹੀਂ ਪਤਾ ਹੋਗਾ ਜੀ, ਜਾਂ ਇਹਨਾਂ ਦੀ ਬਣਦੀ ਹੋ ਨਹੀਂ, ਫਿਰ ਭੁਪਿੰਦਰ ਸਰ ਕਿਹੜੇ ਵਜ੍ਹਾ ਨਾਲ ਮੂਹਰੇ ਆਉਣਗੇ ਜੀ? ਪ੍ਰਿੰਸੀਪਲ ਹੋਰ ਬਣਾਏ ਹੋਏ ਨੇ ਜੀ ਇਹਨਾਂ ਨੇ, ਨਵੇਂ ਤੇ ਨਵਾਂ 1 ਸਾਲ ਦੇ ਵਿੱਚ ਇਹਨਾਂ ਨੇ 4 ਪ੍ਰਿੰਸੀਪਲ ਬਦਲਤੇ ਜੀ। ਜਿਹੜਾ ਹੁੰਦਾ ਉਸ ਨੂੰ ਪ੍ਰਿੰਸੀਪਲ ਬਣਾਉਣ ਦਾ, ਜਿਹੜਾ ਹੁੰਦਾ ਉਸ ਨੂੰ ਪ੍ਰਿੰਸੀਪਲ ਬਣਾਉਣ ਦਾ, ਪਹਿਲਾ ਸਰਪੰਚ ਆ ਜੀ ਬੋਲਰ ਦਾ, ਜਿਹੜਾ ਇੰਨੀ ਬੇਹੋਈ ਕਰ ਰਿਹਾ ਬੋਲਰ ਦੇ ਪਿੰਡ ਸਕੂਲ ਦੇ ਵਿੱਚ। ਅਸੀਂ ਮੰਗ ਇਹ ਚਾਹੁੰਦੇ ਹਾਂ ਸਰ ਜੀ ਵੀ ਸਾਡਾ ਭੁਪਿੰਦਰ ਸਰ ਜੀ ਸਕੂਲ ਦੇ ਵਿੱਚ ਵਾਪਸ ਪਾਉਣਾ ਚਾਹੀਦਾ। ਮੇਰਾ ਨਾਮ ਪੂਰਾ ਸਿੰਘ ਹੈ ਜੀ। ਮਾਮਲਾ ਇਹੀ ਹੈ ਜੀ, ਸਰਪੰਚ ਧੱਕਾਸ਼ਾਹੀ ਕਰ ਰਿਹਾ ਜੀ ਇਹ ਸਾਡੇ ਨਾਲ, ਵੀ ਬੱਚਿਆਂ ਨੂੰ ਬਜਾਏ ਨਜਾਇਜ਼ ਤੰਗ ਕਰ ਰਿਹਾ ਜੀ ਇਹ। ਭੁਪਿੰਦਰ ਸਰ ਨੂੰ ਇਹ ਜਾਣ ਕੇ ਕੱਢ ਰਿਹਾ ਜੀ, ਆਪਣੇ ਪੈਸੇ ਖਾਣ ਦਾ ਮਾਰਾ ਕੱਢ ਰਿਹਾ ਜੀ ਇਹ। ਹਾਂ, ਵਧੀਆ ਕੰਮ ਕਰਦਾ ਜੀ, ਬਹੁਤ ਵਧੀਆ ਬੰਦਾ ਵਾ। 10-10 ਸਾਲਾਂ 'ਚ ਵਧੀਆ ਕਰ ਗਿਆ ਜੀ, ਉੱਥੇ ਸਕੂਲ ਬਣਾ ਗਿਆ ਬੜਾ ਕੰਮ ਦਾ ਉਹ। ਬੱਚਿਆਂ ਦੀ ਗਿਣਤੀ ਬਹੁਤ ਵਧੀਆ ਜੀ। ਹਾਂ ਜੀ, ਬਹੁਤ ਕੰਮ ਦਾ ਬੰਦਾ ਜੀ ਇਹ, ਜਾਣ ਕੇ ਧੱਕਾਸ਼ਾਹੀ ਕਰ ਰਹੇ ਉਹਦੇ ਨਾਲ, ਚੰਗੇ ਬੰਦੇ ਨੂੰ ਰਹਿਣ ਨਹੀਂ ਦਿੰਦੇ ਜੀ ਇਹ। ਗੱਲ ਸਾਰੀ ਮੇਨ ਇਹੀ ਆ ਜੀ। ਹੈਰੀਮਾਨ ਦਾ ਉਹ ਉਹਨਾਂ ਨੂੰ ਇਹ ਪਤਾ ਜੀ ਜਿਹੜੀ ਗੱਲਾਂ ਆਈਆਂ। ਹਾਂ ਜੀ, ਹਾਂ ਬੱਚਿਆਂ ਕਰਕੇ ਆਏ ਹਾਂ ਜੀ। ਧਰਨਾ ਲਾਵਾਂਗੇ ਅਸੀਂ, ਭੁੱਕੜ ਤਾਲ ਤਾਂ ਹੀ ਬੈਠਾਂਗੇ ਜੀ, ਸਾਡੇ ਬੱਚੇ ਵੀ ਬੈਠਣਗੇ ਤੇ ਅਸੀਂ ਵੀ ਬੈਠਣਗੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਸਾਡੇ ਬੱਚਿਆਂ ਦੀ ਸਾਲ ਦੀ ਮਿਹਨਤ ਕਰੀ ਹੋਈ ਆ, ਹੁਣ ਪੇਪਰ ਹੋ ਰਹੇ ਨੇ, ਇੱਥੇ ਦੇ ਬੋਲੜ ਦੇ ਸਰਪੰਚ ਨੇ ਭੁਪਿੰਦਰ ਸਰ ਦੀ ਬਦਲੀ ਕਰਵਾਤੀ, ਉਹਨਾਂ ਨੇ ਹੁਣ ਕਿਉਂ ਬਦਲੀ ਕਰਵਾਈ, ਪਹਿਲਾਂ ਵੀ ਕਰਵਾ ਸਕਦੇ ਸੀ, ਹੁਣ ਸਾਡੇ ਬੱਚੇ ਪੇਪਰ ਨਹੀਂ ਦੇ ਰਹੇ। ਸਾਡੇ ਬੱਚਿਆਂ ਦਾ ਤਾਂ ਸਾਲ ਦਾ ਮਿਹਨਤ ਕਰੀ ਵੀ ਬਰਬਾਦ ਹੋ ਰਹੀ ਆ, ਹੁਣ ਸਾਡੇ ਬੱਚਿਆਂ ਦਾ ਸਾਲ ਭਰ ਦਾ ਇਹਨਾਂ ਨੇ ਬਰਬਾਦੀ ਕਰਤੀ, ਵੀ ਇਹਨਾਂ ਦੇ ਬੱਚੇ ਪੜ੍ਹ ਨਾ ਸਕਣ। ਇਹ ਗਰੀਬਾਂ ਦੇ ਬੱਚੇ ਉਰੇ ਪੜ੍ਹ ਰਹੇ ਨੇ, ਹੋਰ ਤਾਂ ਕਿਸੇ ਦੇ ਬੱਚੇ ਨਹੀਂ ਪੜ੍ਹ ਰਹੇ, ਸਰਪੰਚ ਦਾ ਉਰੇ ਕੋਈ ਬੱਚਾ ਨਹੀਂ ਪੜ੍ਹ ਰਿਹਾ ਹੈਗਾ। ਉੱਥੇ ਨੰਬਰ 1 ਹੋ ਗਿਆ ਸਕੂਲ ਜੀ, ਉੱਥੇ ਬਹੁਤ ਵਧੀਆ ਹੋ ਗਿਆ, ਭੁਪਿੰਦਰ ਸਰ ਨੇ ਅੱਗੇ ਵਧਾਇਆ ਸਕੂਲ। ਪਹਿਲਾਂ ਵੀ ਉੱਥੇ ਟੀਚਰ ਆਏ ਨੇ, ਕੋਰ ਆਏ ਨੇ, ਕਿਸੇ ਨੇ ਸਕੂਲ ਅੱਗੇ ਨਹੀਂ ਲਿਜਾਇਆ ਹੈਗਾ, ਸਿਰਫ ਭੁਪਿੰਦਰ ਸਾਰਾ ਜਿਹੜਾ ਇਕੱਲਾ ਪੈਸਾ ਸਕੂਲ ਦੀ ਗ੍ਰਾਂਟ ਜਿਹੜੀ ਆਉਂਦੀ ਆ ਲਾਉਂਦਾ ਹੈਗਾ। ਹਾਂ, ਉਹਨਾਂ ਨੂੰ ਬਰਦਾਸ਼ਤ ਨਹੀਂ, ਉਹਨਾਂ ਨੂੰ ਖਾਣ ਨੂੰ ਨਹੀਂ ਮਿਲ ਰਿਹਾ ਇਹਦੇ ਵਿੱਚੋਂ, ਤਾਂ ਕਰਕੇ ਇਹਨਾਂ ਨੇ ਸਰ ਦੀ ਬਦਲੀ ਕਰਵਾਤੀ ਉੱਥੇ। ਅਸੀਂ ਇਹ ਸੋਚਿਆ ਵੀ ਦੁਬਾਰਾ ਸਾਡਾ ਸਰ ਉਹੀ ਆ ਜਾਏ ਉੱਥੇ। ਹਾਂ, ਸਾਡਾ ਸਰ ਸੋਮਵਾਰ ਦੇ ਨੂੰ ਉੱਥੇ ਸਕੂਲ ਵਿੱਚ ਆਉਣਾ ਚਾਹੀਦਾ। ਨਹੀਂ ਬੱਚੇ ਤਾਂ ਪੇਪਰ ਦੇਣਗੇ? ਨਹੀਂ, ਪੇਪਰ ਨਹੀਂ ਬੱਚੇ ਦੇਣਗੇ, 2 ਦਿਨ ਹੋ ਗਏ ਬੱਚਿਆਂ ਨੇ ਕੋਈ ਪੇਪਰ ਨਹੀਂ ਦਿੱਤਾ, ਉੱਥੇ ਧਰਨਾ ਚੱਲ ਰਿਹਾ। ਨਹੀਂ ਜੀ, ਕੋਈ ਨਹੀਂ ਖਾ ਰਹੇ ਹੈਗੇ ਬੱਚੇ, ਬਿਮਾਰ ਹੋ ਗਏ, ਅੱਧੇ ਸਕੂਲ ਦੇ ਬੱਚੇ ਬਿਮਾਰ ਹੋਣ ਲੱਗ ਗਏ ਜਿੱਦਾਂ ਦਾ ਸਰ ਸਕੂਲ ਛੱਡ ਕੇ ਗਿਆ। ਜ਼ਿਕਰੇ ਖਾਸ ਹੈ ਕਿ ਬੱਚਿਆਂ ਦੇ ਇਮਤਿਹਾਨ ਸਿਰ ਤੇ ਨੇ ਅਤੇ ਬੱਚੇ ਉਸੇ ਅਧਿਆਪਕ ਤੋਂ ਹੀ ਪੜ੍ਹਨ ਦੀ ਮੰਗ ਕਰ ਰਹੇ ਨੇ ਜਿਸ ਦੀ ਕੀ ਬਦਲੀ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਬੱਚਿਆਂ ਦੀ ਨਾਅਰੇਬਾਜ਼ੀ ਕਿੰਨੀ ਕੁ ਸਫਲ ਹੁੰਦੀ ਹੈ। ਸਰਪੰਚ ਨੇ ਤੁਹਾਨੂੰ ਦੱਸਿਆ ਕਿ ਮੈਂ ਪੈਸੇ ਖਾਣੇ? ਹਾਂ, ਸਰਪੰਚ ਨੇ ਇਹ ਵੀ ਕਿਹਾ ਵੀ ਮੈਂ ਭੁਪਿੰਦਰ ਸਿੰਘ ਨੂੰ ਸਕੂਲ ਵਿੱਚ ਆਉਣ ਨਹੀਂ ਦਿੰਦਾ, ਜਿੰਨਾ ਜ਼ੋਰ ਲੱਗਦਾ ਲਾ ਲਓ, ਤੁਸੀਂ ਕੁਛ ਨਹੀਂ ਕਰ ਸਕਦੇ। ਬੇਟੇ, ਪੜ੍ਹਾਈ ਕਿੰਨੀ ਵਧੀਆ ਕਰਾਉਂਦੇ ਸੀ, ਕੀ ਕੁਛ ਕਰਦੇ ਸੀ ਤੁਹਾਡੀ? ਸਰ, ਬਹੁਤ ਵਧੀਆ ਪੜ੍ਹਾਈ ਕਰਾਉਂਦੇ ਸੀਗੇ, ਇਕੱਲਾ ਪ੍ਰਸ਼ਨ ਸਮਝਾਉਂਦੇ ਸੀਗੇ, ਔਰ ਸਵੇਰੇ ਐਕਸਟਰਾ ਕਲਾਸ ਵੀ ਲਾਉਂਦੇ ਸੀਗੇ ਸਗੋਂ ਆ ਕੇ। ਰਾਠੀਆਂ ਖੁਦ ਛੱਡ ਕੇ ਜਾਂਦੇ ਸੀਗੇ, ਕਿਉਂਕਿ ਦੂਰ ਹੈ ਨਾ ਰਾਠੀਆਂ, ਇਸ ਕਰਕੇ ਖੁਦ ਛੱਡ ਕੇ ਜਾਂਦੇ ਸੀਗੇ। ਉਹਨਾਂ ਦੀ ਜਗ੍ਹਾ ਹੁਣ ਕੌਣ ਪੜ੍ਹਾ ਰਿਹਾ ਤੁਹਾਨੂੰ? ਹੁਣ ਕੋਈ ਨਹੀਂ ਪੜ੍ਹਾ ਰਿਹਾ, ਅਸੀਂ ਚਾਹੁੰਦੇ ਹਾਂ ਕਿ ਭੁਪਿੰਦਰ ਸਰ ਨੂੰ ਹੀ ਵਾਪਸ ਲਿਆ ਜਾਵੇ ਸਕੂਲ 'ਚ। ਪਟਿਆਲਾ ਤੋਂ ਮਨੋਜ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।